ਇਹ ਜ਼ੀਰਾ ਵੀ ਬਹਿ ਗਿਆ, ਨਾਲ ਇੱਕ ਮਾਦਾ ਹੈ ਗੋਲਡਨ ਬਹਿ ਗਈ ਹੈ ਮਾਸ਼ਾਅੱਲਾ। ਇਸ ਤੋਂ ਬਾਅਦ 15 ਕਬੂਤਰ ਨੇ। ਇਹ ਜੀ ਜ਼ੂਮ ਕਰਕੇ ਦੇਖ ਰਹੇ ਹਾਂ ਅਤੇ ਹਨੇਰੇ ਦੇ ਟਾਈਮ ਬਿਲਕੁਲ ਨੇੜੇ ਲੱਗ ਗਿਆ। 2-3 ਪਰਿੰਦੇ ਸਾਹਮਣੇ ਨੇ। ਜੀਓ ਬੇਟਾ ਜੀਓ, ਬਾਜ਼ੀ ਵੀ ਜਿੱਤ ਕੇ ਬਹਿ ਰਹੇ ਹੋ। ਛੋਟੀ ਹੋਵੇ ਵੱਡੀ ਹੋਵੇ, ਬਾਜ਼ੀ ਬਾਜ਼ੀ ਹੈ। ਮਾਰੀ ਜੀ ਕਬੂਤਰ ਨੇ ਕੂਚ ਅਤੇ ਬਹਿ ਗਿਆ, ਬਹਿ ਰਿਹਾ ਉਹ। ਅਸਲਾਮ ਅਲੈਕੁਮ ਦੋਸਤੋ, ਮੈਂ ਬਾਬਰ ਅਮਰਾ, ਤੁਸੀਂ ਵੇਖ ਰਹੇ ਹੋ ਦੋਸਤਾਨਾ ਪੀਜਨ ਜ਼ਮਰਾ ਯੂਟਿਊਬ ਚੈਨਲ। ਅਤੇ ਦੋਸਤੋ, ਅੱਜ ਮੌਸਮ ਜ਼ਰਾ ਖਰਾਬ ਜਿਹਾ, ਬਾਰਿਸ਼ ਵਾਲਾ ਨਮੀ ਵਾਲਾ ਮੌਸਮ ਹੈ। ਤਕਰੀਬਨ 1 ਦਾ ਟਾਈਮ ਹੋ ਗਿਆ ਅਤੇ ਕਬੂਤਰ ਉੱਤੇ ਨੇ 22 ਜਾਂ 23। ਇਨਸ਼ਾਅੱਲਾ ਕਿਉਂਕਿ ਮੌਸਮ ਠੰਡਾ, ਕਬੂਤਰ ਲਾਈਟਾਂ ਵਿੱਚ ਬਹਿਣ ਦੇ। ਅਤੇ ਹੁਣ ਤੋਂ ਬਾਅਦ ਯਾਨੀ 1 ਵਜੇ ਤੋਂ ਬਾਅਦ ਜਿਹੜੇ ਕਬੂਤਰ ਬਹਿੰਦੇ ਨੇ ਉਹ ਇਨਸ਼ਾਅੱਲਾ ਤੁਹਾਨੂੰ ਵਹਾਨੇ ਆ। ਰਾਤ ਦਾ ਵੀ ਸ਼ੋਕ ਕਰਾਂਦੇ ਅਤੇ ਤੁਸੀਂ ਸਾਡੇ ਨਾਲ ਰਹਿਣਾ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰ ਦਿਓ। ਦੋਸਤੋ, ਇਹ ਕੋਈ ਕਬੂਤਰ 8-10 ਜਿਹੜੇ ਨੇ ਉਹ ਮੈਦਾਨਾਂ ਵਿੱਚ ਨੇ ਅਤੇ ਬਾਕੀ 6-7 ਕਬੂਤਰ ਉੱਪਰ ਨਜ਼ਰ ਆ ਰਹੇ ਨੇ। ਇਨਸ਼ਾਅੱਲਾ ਕਬੂਤਰ ਜ਼ਿਆਦਾ ਨੁਕਸਾਨ ਨਹੀਂ ਆਉਣ ਲੱਗੇ, ਉਮੀਦ ਹੀ ਕੀਤੀ ਜਾ ਰਹੀ ਹੈ। ਕਬੂਤਰਾਂ ਨੂੰ ਮੌਸਮ ਦੀ ਸਮਝ ਤਾਂ ਆ ਚੁੱਕੀ ਹੈ। ਡੇਢ ਦਾ ਟਾਈਮ ਹੈ, ਅਜ਼ਾਨਾਂ ਪੇਸ਼ੀ ਦੀਆਂ ਹੋ ਰਹੀਆਂ ਨੇ। ਇਹ ਜੀ ਉਹਨਾਂ ਵਿੱਚੋਂ 4-5 ਵਿੱਚੋਂ ਪਹਿਲਾ ਬੈਠਾ, ਦੂਜੇ ਇਹ 3 ਨਾਲ ਫਿਰ ਰਹੇ ਨੇ। ਹੈ ਸਭੀ ਤੁਝੀ ਕੋ ਪੁਕਾਰਤੇ, ਕੋਈ ਸੋਜ ਮੈਂ ਕੋਈ ਸਾਜ ਮੈਂ। ਇਹ ਜ਼ੀਰਾ ਵੀ ਬਹਿ ਗਿਆ, ਨਾਲ ਇੱਕ ਮਾਦਾ ਹੈ ਗੋਲਡਨ। ਇਹ ਸਾਡੀ ਕਾਲ ਪੇਟਣ ਮਾਦਾ, ਮਾਸ਼ਾਅੱਲਾ ਬਹੁਤ ਅੱਛੀ ਮਾਦਾ ਹੈ, ਇਹ ਵੀ ਰਾਤ ਤੱਕ ਵੀ ਉੱਡੀ ਹੈ। ਇਹ 4 ਬਹਿ ਗਏ ਜੀ ਜਿਹੜੇ ਜ਼ਿਆਦਾ ਨਜ਼ਦੀਕ ਆਏ ਸੀ। ਇਹ ਜੀ ਦੋਸਤੋ, 2 ਵਜੇ ਨਾਲ 2 ਪਰਿੰਦੇ ਛੱਤ ਨਾਲ ਆਏ ਨੇ। ਇੱਕ ਹੈ ਕਬੂਤਰ ਬਹਿ ਰਿਹਾ ਹੈ ਅਤੇ ਮਾਦਾ ਇਹ ਪਿੱਛੇ ਆ ਰਹੀ ਹੈ। ਇਹ ਹੁਣ ਮਾਦਾ ਵੀ ਬਹਿ ਰਹੀ ਹੈ। ਮਾਦਾ ਜੀ ਇਹ ਬਹਿ ਰਹੀ ਹੈ, ਹੁਣ ਬਿਲਕੁਲ ਬਹਿ ਰਹੀ ਹੈ, ਬਹਿ ਗਈ ਹੈ ਮਾਸ਼ਾਅੱਲਾ। ਇਸ ਤੋਂ ਬਾਅਦ 15 ਕਬੂਤਰ ਨੇ ਦੋਸਤ। ਇਹ ਜੀ ਹੁਣ 2:30 ਵਜੇ ਨਾਲ 3 ਕਬੂਤਰ ਹੋਰ ਹੈ ਨੀਵੇਂ ਆਏ ਨੇ। ਤੀਸਰਾ ਹੈ ਥੋੜ੍ਹਾ ਉੱਚਾ, 2 ਹੈ ਛੱਤ ਨਾਲ ਨੇ। ਬਹਿ ਰਿਹਾ ਜੀ ਮਾਸ਼ਾਅੱਲਾ ਕਾਲ ਪਰ ਮੈਲਾ ਕਬੂਤਰ, ਬਹਿ ਗਿਆ। ਇਹ ਜੀ ਜ਼ੀਰੀ ਮਾਦਾ, ਬਹੁਤ ਅੱਛੀ ਕਬੂਤਰੀ ਹੈ। ਇਹ ਦੋਸਤੋ ਜ਼ੀਰੀ ਮਾਦਾ ਬਹਿ ਰਹੀ ਹੈ ਮਾਸ਼ਾਅੱਲਾ, ਬਹੁਤ ਅੱਛੀ ਮਾਦਾ ਹੈ। ਦੋਸਤੋ 4 ਦੇ ਲਗਭਗ ਟਾਈਮ ਹੋ ਗਿਆ ਅਤੇ ਇਹ ਮੇਨ ਕੁਝ ਕਬੂਤਰ ਆਏ ਨੇ ਥੱਲੇ। ਦੋ ਹੈ, ਇੱਕ ਹੈ।
ਇਹ ਜਿਹੜਾ ਦੂਜਿਆਂ ਦੀ ਥੱਲੇ ਇਹ ਸਾਡਾ ਖਾਸ ਕਬੂਤਰ ਹੈ ਚਿੱਟੀ ਕੜੀ ਵਾਲਾ। ਇਹ ਦੋਸਤੋ ਕਬੂਤਰ ਬਹਿ ਗਿਆ ਕੈਮਰਾ ਸਟਾਰਟ ਕਰਦਿਆਂ ਕਰਦਿਆਂ। ਮੇਨ ਕਬੂਤਰ ਹੈ ਸਾਡਾ 2 ਸਾਲਾ। ਦੂਸਰੇ ਉਹਦੇ ਨਾਲ ਵਾਲੇ ਇਹ ਫਿਰ ਰਹੇ ਨੇ। ਇਹ ਜੀ ਚੀਨਾ ਕਬੂਤਰ ਬਹਿ ਰਿਹਾ, ਮਾਸ਼ਾਅੱਲਾ ਠੀਕ ਹੋ ਗਿਆ। ਦੋਸਤੋ ਮੌਸਮ ਹੋਰ ਖਰਾਬ ਹੋਣ ਲੱਗ ਪਿਆ ਅਤੇ ਇੱਕ ਇਹ ਮਾਦਾ ਹੋਰ ਬਹਿ ਰਹੀ ਹੈ। ਮਾਸ਼ਾਅੱਲਾ ਬਹੁਤ ਅੱਛੀ ਮਾਦਾ ਹੈ, 26 ਨੰਬਰ। ਮੌਸਮ ਜ਼ਰਾ ਜ਼ਿਆਦਾ ਖਰਾਬ ਹੋਣ ਲੱਗ ਪਿਆ ਅਤੇ 3 ਜਾਂ 4 ਪਰਿੰਦੇ ਇਹ ਨਜ਼ਰ ਨਹੀਂ ਆ ਰਹੇ, ਬਾਕੀ ਮਾਸ਼ਾਅੱਲਾ ਸਾਹਮਣੇ ਹੀ ਫਿਰ ਰਹੇ ਨੇ। ਹੁਣ ਦੋਸਤੋ 4:30 ਦਾ ਟਾਈਮ ਹੋ ਗਿਆ ਅਤੇ 5 ਕਬੂਤਰ ਸਾਹਮਣੇ ਨੇ। ਇਹ 2-3 ਬਿਲਕੁਲ ਜਾਇਜ਼ ਜਿਹੇ ਆਏ ਨੇ ਅਤੇ ਟੋਟਲ ਇਸ ਟਾਈਮ 8 ਰਹਿੰਦੇ ਨੇ। ਦੋਸਤੋ 5 ਦੇ ਨੇੜੇ ਲੱਗ ਗਿਆ ਟਾਈਮ ਅਤੇ ਇਹ 2 ਪਰਿੰਦੇ ਬਿਲਕੁਲ ਕਰੀਬ ਆਏ ਨੇ ਛੱਤ ਦੇ। ਟੋਟਲ 7 ਰਹਿ ਗਏ ਨੇ। ਇੱਕ ਮਾਦੀ ਬਹਿ ਗਈ ਸੀ, ਉਹ ਵਿਖਾ ਨਹੀਂ ਸਕਿਆ ਮੈਂ। ਇਹ ਕਬੂਤਰ ਤਾਂ ਜੀ ਵਾਹਵਾ ਦੂਰੋਂ ਭੂਚ ਮਾਰ ਕੇ ਆ ਕੇ ਬਹਿ ਰਿਹਾ। ਬਹਿ ਗਿਆ ਮਾਸ਼ਾਅੱਲਾ, ਕਸੂਰੀ ਦਾ ਫੋਟੋ ਵਾਲਾ ਪੱਠਾ। ਜਿਹੜਾ ਉੱਤੇ ਫਿਰਦਾ ਪਿਆ ਦੋਸਤੋ ਇਹਨੂੰ ਕਹਿੰਦੇ ਨੇ ਸੋਚੀ ਮੀਨਾ, ਬਹੁਤ ਅੱਛਾ ਪੱਠਾ। ਮੌਸਮ ਨੇ ਵੀ ਕਾਫੀ ਡਰਾਮੇ ਕੀਤੇ ਨੇ ਦਿਨ ਵਿੱਚ ਅਤੇ ਇਸ ਦੇ ਉੱਤੇ 2 ਪਰਿੰਦੇ ਨਜ਼ਰ ਆ ਰਹੇ ਨੇ, 3 ਨਹੀਂ ਨਜ਼ਰ ਆ ਰਹੇ ਸਾਡੇ। ਇਹ ਸੋਚੀ ਮੀਨਾ ਬਹਿ ਰਿਹਾ ਜੀ, ਬਹਿ ਗਿਆ ਮਾਸ਼ਾਅੱਲਾ। 4:58 ਦੋਸਤੋ, 5:30-6 ਦਾ ਟਾਈਮ ਹੋ ਗਿਆ, ਪਰਿੰਦੇ ਰਹਿ ਗਏ ਨੇ ਉੱਤੇ 5, ਜਿਨ੍ਹਾਂ ਵਿੱਚੋਂ 2 ਕੁ ਪਰਿੰਦੇ ਨਜ਼ਰ ਆ ਰਹੇ ਨੇ, ਇੱਕ ਮੈਦਾਨਾਂ ਵਿੱਚ ਅਤੇ ਇੱਕ ਜ਼ਰਾ ਉੱਚਾ ਉਤਲੇ ਮੈਦਾਨ ਵਿੱਚ ਆਵੇਦਾ। ਅਤੇ ਹੁਣ ਟਾਈਮ ਐਸਾ ਹੈ ਕਿ ਸ਼ਾਇਦ ਲਾਈਟਾਂ ਵਿੱਚ ਹੀ ਬਵਣ, ਜੇ ਬਵਣ ਤਾਂ। ਇਹ ਜੀ ਜ਼ੂਮ ਕਰਕੇ ਦੇਖ ਰਹੇ ਹਾਂ ਅਤੇ ਹਨੇਰੇ ਦੇ ਟਾਈਮ ਬਿਲਕੁਲ ਨੇੜੇ ਲੱਗ ਗਿਆ। 2-3 ਪਰਿੰਦੇ ਸਾਹਮਣੇ ਨੇ, ਤੀਸਰੇ ਦਾ ਕਨਫਰਮ ਨਹੀਂ ਹੈ ਕਿ ਸਾਡਾ ਹੈ ਜਾਂ ਕਿਸੇ ਹੋਰ ਦਾ। ਇਹ ਮਾਦਾ ਸਾਡੀ ਜਾਲਦਾਰ, ਮਾਸ਼ਾਅੱਲਾ ਬਹੁਤ ਅੱਛੀ ਮਾਦਾ, ਲਾਈਟਾਂ ਦੀ ਵੀ ਲੱਗੀ, ਬਿਲਕੁਲ ਕਰੀਬ ਛੱਤ ਦੇ ਮਾਦਾ। ਔਰ ਇਹ ਮੈਦਾਨ ਵਿੱਚ ਜ਼ੂਮ ਕਰਕੇ ਦੇਖ ਰਹੇ ਹਾਂ, ਕਬੂਤਰ ਜੁਗਨੂੰ ਮਾਸ਼ਾਅੱਲਾ ਸਾਡਾ। ਸ਼ਾਮ ਦੀ ਅਜ਼ਾਨ ਹੋਣੀ ਵਾਲੀ ਹੈ ਅਤੇ ਇਹ ਮਾਦਾ ਬਹਿ ਰਹੀ ਹੈ ਤਕਰੀਬਨ। ਇਹ ਮਾਸ਼ਾਅੱਲਾ ਜਾਲਦਾਰ ਮਾਦਾ ਹੈ, ਬਹੁਤ ਅੱਛੀ। ਗੁੱਡ ਜੀ ਗੁੱਡ, ਸ਼ਾਮ ਦੀ ਅਜ਼ਾਨ ਦੇ ਨਾਲ ਹੀ ਬਹਿ ਰਹੀ ਹੈ ਮਾਸ਼ਾਅੱਲਾ। ਦੋਸਤੋ ਮਾਦਾ ਬਹਿ ਰਹੀ ਹੈ ਅਤੇ ਫੌਰਨ ਹੀ ਹਵਾ ਤੇਜ਼ ਹੋ ਗਈ, ਬਲਕਿ ਹਨੇਰਾ ਆ ਗਿਆ ਅਤੇ ਇਹ ਕਬੂਤਰ ਚੜ੍ਹਦੇ ਆ ਰਹੇ ਨੇ ਸਾਹਮਣੇ ਸਾਹਮਣੇ, ਨੀਵੇਂ ਹੋ ਗਏ ਸੀ। ਮਾਸ਼ਾਅੱਲਾ ਬਹੁਤ ਅੱਛੇ ਕਬੂਤਰ ਨੇ ਜਿਹੜੇ ਰਹਿੰਦੇ ਨੇ, ਹੁਣ ਬਹਿੰਦੇ ਨੇ ਅਤੇ ਮੁਕੰਮਲ ਵਿਖਾਉਂਦੇ ਹਾਂ ਤੁਹਾਨੂੰ। ਇਹ ਦੋਸਤੋ ਕਬੂਤਰ ਸਾਡਾ ਜੁਗਨੂੰ, ਆਪਸ ਵਿੱਚ ਇੱਕ ਬਾਜ਼ੀ ਵੀ ਜਿੱਤ ਗਿਆ ਅੱਜ ਅਤੇ ਹਨੇਰ ਦੇ ਵਿੱਚ ਆ ਕੇ ਹੁਣ ਬਹਿ ਰਿਹਾ ਸ਼ਾਮਾਂ ਦੇ ਬਿਲਕੁਲ ਹੀ ਨਾਲ ਅਜ਼ਾਨ ਆਉਣ ਲਈ ਬਹਿ ਰਿਹਾ ਜੀ, ਬਹਿ ਰਿਹਾ ਮਾਸ਼ਾਅੱਲਾ ਮੇਰਾ ਜੁਗਨੂੰ। ਜੀਓ ਬੇਟਾ ਜੀਓ, ਬਾਜ਼ੀ ਵੀ ਜਿੱਤ ਕੇ ਬਹਿ ਰਹੇ ਹੋ।
छोटी होवे वड्डी होवे बाजी बाजी है, वरना मेरे इस कबूतर ने इंशाल्लाह शामी बहना है। दोस्तों नेरी दे नाल कणिया भी लग गई ने मठिया मठिया, वरना लाइटा दे विच ऐ कबूतर जी वारा एक ऐ साढ़े जुगनू दे नाल रलिया, इहदे सुरख रंग एक साइड ते हवा ने थोड़ा मौका दिता है, कबूतर फिर थोड़ा जा छत नाल उच्चा हो गया। दोस्तों शामा दियां अज़ाना हो चुकियां ने ते लाइटां वगैरह बाल दित्तियां ने, कबूतर हवा नेर दे विच बहिंदा बहिंदा हुण काफ़ी उच्चा होया है क्योंकि हवा रुकी है। बिल्कुल हुण लाइटां दे नाल नाल लग आया कबूतर जी, मारी जी कबूतर ने कूच ते बह गया, बह रहा ओ ए हुण बैठा है माशाल्लाह। ए जी लै गया जुगनू थले। दोस्तों ए मेरा जुगनू नवीद साहब दी जालदार, ये आखरी बैठे ने ते इना विच ही असी बर्फी भी लाई सी, बर्फी विन कर गया मेरा जुगनू माशाल्लाह। सही है, फिर खुदा हाफिज। इस वीडियो थी काफ़ी लंबी वीडियो होगी, खुदा हाफिज।